ਟਾ ਟੀਵੀ ਯੂਐਸਏ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਦਿਨਾਨਗਰ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੀ ਸਾਬਕਾ ਵਿਧਾਇਕ ਪ੍ਰਿੰਸੀਪਲ ਸੀਤਾਰਾਮ ਕਸ਼ਪ ਦਾ ਦਿਹਾਂਤ ਹੋ ਗਿਆ ਹੈ ਇਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਹੈ ਪਿਛਲੇ ਲੰਮੇ ਆਸੇ ਤੋਂ ਬਿਮਾਰ ਚੱਲ ਰਹੇ ਸੀਤਾਰਾਮ ਕਸ਼ਪ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ 84 ਸਾਲਾਂ ਦੇ ਸੀਤਾਰਾਮ ਕਸ਼ਪ ਦਿਨਾਨਗਰ ਵਿਧਾਨ ਸਭਾ ਹਲਕੇ ਤੋਂ 2007 ਤੋਂ 2012 ਤੱਕ ਵਿਧਾਇਕ ਰਹੇ ਹਨ ਉਹਨਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਰਾਜਨੀਤਿਕ ਸ਼ਖਸੀਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਜਾਨ ਨੂੰ ਰਾਜਨੀਤਿਕ ਕਤਲ ਇੱਕ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਥੇ ਕਿ ਇਮਾਨ ਦਾ ਸਖਸ਼ੀਤ ਵਜੋਂ ਜਾਣੇ ਜਾਂਦੇ ਸਨ ਉੱਥੇ ਉਹ ਇੱਕ ਬਿਹਤਰੀਨ ਸੁਭਾਅ ਦੇ ਇਨਸਾਨ ਵੀ ਸਨ ਤਾਂ ਦੋਸਤੋ ਦੁਖਦਾਈ ਖਬਰ ਰਾਜਨੀਤਿਕ ਹਲਕਿਆਂ ਤੋਂ ਸਾਹਮਣੇ ਆਈ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ